ਬਾਬਾ ਸੋਹਣ ਸੂ ਭਾਕਣਾ ਜਿਹੜਾ ਗਦਰ ਪਾਜਾ ਪ੍ਰਧਾਨ ਹੈ ਉਹ ਕਹਿੰਦਾ ਜੋ ਕੁਛ ਅੱਜ ਅੰਗਰੇਜ਼ ਕਰ ਰਹੇ ਨੇ ਜੇ ਕੱਲ ਨੂੰ ਆ ਕੇ ਸਾਡੇ ਹਾਕਮ ਵੀ ਇਹ ਕਰਨਗੇ ਤਾਂ ਅਸੀਂ ਉਹਨਾਂ ਖਿਲਾਫ਼ ਵੀ ਲੜਾਂਗੇ ਸਾਡੀ ਕਿਸੇ ਵਿਅਕਤੀ ਨਾਲ ਲੜਾਈ ਨਹੀਂ ਸਾਡੇ ਕੁਛ ਅਸੂਲ ਵੀ ਉਮਰ 98 ਸਾਲ ਹੋ ਚੁੱਕੀ ਸੀ ਤੇ ਉਹਨਾਂ ਦੀ ਕਮਰ ਝੁੱਕ ਕੇ ਬਿਲਕੁਲ ਜਿਵੇਂ ਤੀਰ ਕਮਾਨ ਹੁੰਦਾ ਦੂਰੀ ਹੋਈ ਪਈ ਸੀ ਉਦੋਂ ਅਸੀਂ ਉਹਨਾਂ ਤੋਂ ਸਵਾਲ ਪੁੱਛਿਆ ਸੀ ਕਿ ਬਾਬਾ ਜੀ ਜਿਸ ਆਜ਼ਾਦੀ ਲਈ ਤੁਸੀਂ ਲੜੇ ਸੀ ਉਹ ਆਜ਼ਾਦੀ ਆ ਗਈ ਹੈ ਤਾਂ ਉਹਨੇ ਬਹੁਤ ਦੁਖੀ ਹੋ ਕੇ ਜਵਾਬ ਦਿੱਤਾ ਸੀ ਕਹਿੰਦਾ ਆਹ ਜਿਹੜੀ ਮੇਰੀ ਕਮਰ ਦੂਰੀ ਕੀਤੀ ਹੈ ਨਾ ਇਹ ਅੰਗਰੇਜ਼ਾਂ ਦੀਆਂ ਜੇਲ੍ਹਾਂ ਨੇ ਨਹੀਂ ਕੀਤੀ ਇਹ ਆਜ਼ਾਦ ਦੇਸ਼ ਦੀਆਂ ਜੇਲ੍ਹਾਂ 'ਚ ਹੋਈ ਹੈ ਸਾਡੀ ਲੜਾਈ ਅੰਗਰੇਜ਼ਾਂ ਨਾਲ ਕੋਈ ਗੋਰੇ ਹੋਣ ਕਰਕੇ ਨਹੀਂ ਸੀ ਸਾਡੇ ਤਾਂ ਕੁਛ ਅਸੂਲ ਸੀ ਕਿ ਮਾਨਵਤਾ ਦੇ ਉੱਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਬੰਦਾ ਸਮਝਣਾ ਚਾਹੀਦਾ